ਕੁਝ ਆਸ਼ਾ ਵਰਕਰਾਂ ਨੂੰ ਡਿਊਟੀ ਤੋਂ ਕੱਢੇ ਜਾਣ ਦੇ ਵਿਰੋਧ ਵਿੱਚ ਅੱਜ ਜ਼ਿਲ੍ਹਾ ਪ੍ਰਧਾਨ ਆਸ਼ਾ ਵਰਕਰ ਦੀ ਅਗਵਾਈ ਦੇ ਵਿੱਚ ਬਠਿੰਡਾ ਦੇ ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਕੀਤੀ ਨਾਅਰੇਬਾਜ਼ੀ। ਮੰਗਲਵਾਰ ਨੂੰ 11 ਵਜੇ ਦੇ ਲਗਭਗ ਆਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਸਾਡੀਆਂ ਕੁਝ ਆਸ਼ਾ ਵਰਕਰਾਂ ਨੇ ਜੋ ਇੱਥੇ ਸਰਕਾਰ ਵੱਲੋਂ ਜਾਂ ਸਿਹਤ ਮਹਿਕਮੇ ਵੱਲੋਂ ਉਹਨਾਂ ਨੂੰ ਡਿਊਟੀ ਤੋਂ ਕੱਢ ਦਿੱਤਾ ਗਿਆ, ਜਿਸ ਦੇ ਵਿਰੋਧ ਵਜੋਂ ਅੱਜ ਉਹਨਾਂ ਵੱਲੋਂ ਜਿੱਥੇ ਪੂਰੇ ਪੰਜਾਬ ਦੇ ਅੰਦਰ ਕਾਫੀ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਹਨ, ਉੱਥੇ ਅੱਜ ਇਹਨਾਂ ਵੱਲੋਂ ਬਠਿੰਡਾ ਦੇ ਸਿਵਲ ਸਰਜਨ ਦੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਇਹਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਹਨਾਂ ਕਿਹਾ ਕਿ ਉਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ, ਨਹੀਂ ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਆਪਣਾ ਤੇਜ਼ ਕਰਨਗੇ। ਉਹਨਾਂ ਕਿਹਾ ਕਿ ਸਾਡੇ ਵੱਲੋਂ 5 ਜੁਲਾਈ ਨੂੰ ਜਲੰਧਰ ਵਿਖੇ ਇੱਕ ਵੱਡੀ ਰੈਲੀ ਰੱਖੀ ਗਈ ਹੈ, ਜਿੱਥੇ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ। ਸ਼ਿੰਦਰਪਾਲ ਕੌਰ ਸਰਾਂ, ਬਾਲਿਆਂ ਵਾਲੀ, ਡਿਸਟ੍ਰਿਕਟ ਪ੍ਰੈਜ਼ੀਡੈਂਟ ਬਠਿੰਡਾ। ਅੱਜ ਸਰ ਅਸੀਂ ਸਿਰਫ ਤੇ ਸਿਰਫ ਸਿਵਲ ਸਰਜਨ ਸਾਹਿਬ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਸੌਂਪਣ ਲਈ ਆਏ ਹਾਂ ਕਿ ਸਾਨੂੰ ਪੰਜਾਬ ਸਰਕਾਰ ਨਾਲ ਤੇ ਹੈਲਥ ਮਹਿਕਮੇ ਨਾਲ ਮੀਟਿੰਗ ਹੈ ਜਿਹੜੀ, ਕੋਈ ਨਾ ਕੋਈ ਜਲਦੀ ਤੋਂ ਜਲਦੀ ਅਰੇਂਜ ਕਰਵਾਈ ਜਾਵੇ। ਕਾਰਨ ਇਹਦੇ ਵਿੱਚ ਹੈਗਾ ਸਰ, ਸਾਡੀਆਂ 2007 ਤੋਂ ਜਿਹੜਾ ਮਿਸ਼ਨ ਚੱਲਿਆ ਹੋਇਆ ਸੀ NHM ਦਾ, ਆਸ਼ਾ ਭੈਣਾਂ 1000 ਦੀ ਆਬਾਦੀ ਤੇ ਕੰਮ ਕਰਦੀਆਂ ਸੀ, ਉਹਨਾਂ ਨੂੰ ਅਚਨਚੇਤ ਮਤਲਬ ਬਿਨਾਂ ਹੀ ਕੁਛ ਦੱਸੇ ਪੁੱਛੇ ਇੱਕਦਮ ਜਿਵੇਂ ਮੱਖਣੀ ਚੋਂ ਬਾਲ ਕੱਢ ਕੇ ਸਿੱਟਿਆ ਜਾਂਦਾ ਹੁੰਦਾ, ਇਸ ਤਰ੍ਹਾਂ ਸਾਡੀਆਂ ਭੈਣਾਂ ਨੂੰ ਰਿਲੀਵਿੰਗ ਲੈਟਰ ਜਿਹੜੇ ਦੇ ਦਿੱਤੇ ਗਏ ਆ। ਉਹਨਾਂ ਲਈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਲਈ ਕੁਛ ਨਾ ਕੁਛ ਹੱਲ ਕਰ ਸਕਣ। ਇਹ ਪੰਜਾਬ ਤੋਂ ਗਿਣਤੀ ਸਰ 850 ਦੀ ਹੈ, ਆਪਣੇ ਜ਼ਿਲ੍ਹੇ ਤੋਂ ਬਠਿੰਡੇ ਜ਼ਿਲ੍ਹੇ ਤੋਂ 29 ਵਰਕਰ ਜਿਹੜੀਆਂ ਚੱਲੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਲਗਾਤਾਰ ਵਾਅਦੇ ਵੀ ਕੀਤੇ ਜਾਂਦੇ ਸੀ, ਮੁਲਾਜ਼ਮਾਂ ਨੇ ਉਹਨਾਂ ਦਾ ਕਾਫੀ ਸਾਥ ਵੀ ਦਿੱਤਾ, ਜਿਵੇਂ ਦੇਖੋ ਸਰ ਬਿਲਕੁਲ ਵੀ ਜਿਹੜਾ ਅਸੀਂ ਆਮ ਆਦਮੀ ਪਾਰਟੀ ਸਮਝ ਕੇ ਅਸੀਂ ਬਹੁਤ ਹੀ ਜ਼ੋਰ ਸ਼ੋਰ ਨਾਲ ਉਹਨਾਂ ਦੀਆਂ ਉਮੀਦਾਂ ਤੋਂ ਵੱਧ ਉਹਨਾਂ ਨੂੰ ਜਿਤਾ ਕੇ ਅਸੀਂ ਭੇਜਿਆ, ਪਰ ਅਸੀਂ ਅੱਜ ਉਸ ਟਾਈਮ ਨੂੰ ਪਛਤਾ ਰਹੇ ਹਾਂ ਕਿ ਇਸ ਤੋਂ ਅੱਛੀਆਂ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਸੀ ਜੋ ਸਾਡੇ ਲਈ ਕੁਛ ਨਾ ਕੁਛ ਕਰਦੀਆਂ ਸੀ। ਸਾਰੀ ਪਬਲਿਕ, ਸਾਰੇ ਮਜ਼ਦੂਰ ਕੀ ਸਾਰੀਆਂ ਜਥੇਬੰਦੀਆਂ ਅੱਜ ਇਸ ਸਰਕਾਰ ਤੋਂ ਬਹੁਤ ਜ਼ਿਆਦਾ ਹੈਰਾਨ ਪਰੇਸ਼ਾਨ। ਅਗਲੀ ਰਣਨੀਤੀ ਕੀ ਤਿਆਰ ਕੀਤੀ? ਅਗਲੀ ਰਣਨੀਤੀ ਸਰ ਸਾਡੀ ਜਲੰਧਰ ਜਿੰਨੀ ਚੋਣ ਆ ਰਹੀ ਹੈ 10 ਤਰੀਕ ਨੂੰ, ਉਸ ਤੋਂ ਪਹਿਲਾਂ ਅਸੀਂ 5 ਜੁਲਾਈ ਨੂੰ ਪੂਰੀਆਂ ਮਤਲਬ ਜਲੰਧਰ ਦੀਆਂ ਸੜਕਾਂ ਜਾਮ ਕਰਨ ਜਾ ਰਹੇ ਹਾਂ। ਅੱਜ ਬਠਿੰਡੇ ਹੀ ਤਾਂ ਮੰਗ ਪੱਤਰ ਦਿੱਤਾ? ਹਾਂਜੀ, ਆਲ ਪੰਜਾਬ ਦੇ ਵਿੱਚ ਬਹੁਤ ਵੱਡੇ ਰੋਸ ਪ੍ਰਦਰਸ਼ਨ ਕਰਕੇ ਕਈ ਜ਼ਿਲ੍ਹਿਆਂ ਤੇ ਮੰਗ ਪੱਤਰ ਦਿੱਤੇ ਜਾ ਰਹੇ ਹੈ, ਪਰ ਬਹੁਤ ਜ਼ਿਆਦਾ ਗਰਮੀ ਹੋਣ ਦੇ ਨਾਤੇ ਮੈਂ ਬਠਿੰਡੇ ਜ਼ਿਲ੍ਹੇ ਤੇ ਆਉਣ ਲਈ ਸਿਰਫ ਮੰਗ ਪੱਤਰ ਸਿਵਲ ਸਰਜਨ ਤੇ ਡੀਸੀ ਸਾਹਿਬ ਨੂੰ ਬਹੁਤ ਘੱਟ ਗਿਣਤੀ ਦੇ ਵਿੱਚ ਵਰਕਰਾਂ ਨੂੰ ਲੈ ਕੇ ਹਾਜ਼ਰ ਹੋਈ ਹਾਂ। ਕੋਰੋਨਾ ਸਮੇਂ ਜਦੋਂ ਕੋਈ ਅੱਗੇ ਆਉਣ ਲਈ ਤਿਆਰ ਨਹੀਂ ਸੀ ਤਾਂ ਉਦੋਂ ਤਾਂ ਕੋਰੋਨਾ ਯੋਧੇ ਕਿਹਾ ਜਾਂਦਾ ਸੀਗਾ ਜੀ, ਤੇ ਹੁਣ ਕਿਉਂ ਕੱਢਿਆ ਜਾ ਰਿਹਾ? ਬਿਲਕੁਲ ਉਹੀ ਸਰ, ਸਾਨੂੰ ਬਹੁਤ ਅਫਸੋਸ ਹੈ ਇਸ ਗੱਲ ਦਾ ਕਿ ਕੋਰੋਨਾ ਵਰਗੀ ਮਹਾਮਾਰੀ ਦੇ ਨਾਲ ਅਸੀਂ ਲੜ ਕੇ ਲੋਕਾਂ ਨੂੰ ਸੇਫ ਕੀਤਾ, ਜਿੱਥੇ ਘਰ ਦੇ ਆਪਣੇ ਵੀ ਮੁਰਦੇ ਨੂੰ ਜਲਾਉਣ ਲਈ ਨਹੀਂ ਸੀ ਅੱਗੇ ਆਉਂਦੇ, ਉੱਥੇ ਅਸੀਂ ਪਹੁੰਚ ਕੇ ਡੈੱਡ ਬੋਡੀ ਦੇ ਨਾਲ ਸੰਸਕਾਰ ਕਰਵਾਉਣ ਲਈ ਜਾਂਦੇ ਸੀ। ਪਰ ਅੱਜ ਅਸੀਂ ਬਹੁਤ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਰਕਾਰ ਬਿਲਕੁਲ ਵੀ ਸਾਡੇ ਲਈ ਉਲਟ ਫੇਰ ਕਰ ਰਹੀ ਹੈ, ਸਾਰਾ ਕੁਝ ਹੀ ਸਾਡੇ ਲਈ ਉਲਟਾ ਹੋ ਰਿਹਾ। 2500 ਦਾ ਜਿਹੜਾ ਡਬਲ ਕਰਨ ਦਾ ਸੀਗਾ ਉਹਨੂੰ ਡਬਲ ਤਾਂ ਕੀ ਕਰਨਾ ਸੀ, ਬਿਲਕੁਲ ਹੀ ਸਾਨੂੰ ਇਗਨੋਰ ਕੀਤਾ ਜਾ ਰਿਹਾ ਸਰ। ਜਿੰਨੀ ਚੋਣ ਆ ਸਕਦੇ ਆ ਰਹੀਆਂ ਉਸ ਇਲਾਕੇ 'ਚ ਜਾ ਕੇ ਵਿਰੋਧ ਕਰ ਸਕਦੇ? ਬਿਲਕੁਲ ਸਰ, ਬਿਲਕੁਲ ਅਸੀਂ ਉਸ ਜਗ੍ਹਾ ਤੇ ਜਾ ਕੇ ਜਿੱਥੇ ਜਿੱਥੇ ਜਿੰਨੀ ਚੋਣਾਂ ਆਣਗੀਆਂ, ਜੋ ਵੀ ਅੱਗੇ ਚੋਣਾਂ ਆ ਰਹੀਆਂ ਨੇ, ਅਗਰ ਸਰਕਾਰ ਸਾਡੀ ਸੁਣਵਾਈ 1-2 ਦਿਨਾਂ ਦੇ ਵਿੱਚ ਮੀਟਿੰਗ ਦਾ ਸਾਨੂੰ ਸਮਾਂ ਨਹੀਂ ਦਿੰਦੀ, ਅਗਰ ਸਾਡੇ ਮੀਟਿੰਗ ਦੇ ਵਿੱਚੋਂ ਹੱਲ ਨਹੀਂ ਨਿਕਲਦੇ ਤਾਂ ਅਸੀਂ ਸੜਕਾਂ ਜਾਮ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਹੈਲਥ ਮਹਿਕਮੇ ਦੇ ਜਿਹੜੇ ਕੰਮ ਹੈ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਾਂਗੇ, ਕਿਉਂਕਿ ਅਸੀਂ ਸਿਰਫ ਸਾਰੇ ਕੰਮ ਬੰਦ ਕਰ ਦੇਵਾਂਗੇ। ਮੇਰਾ ਨਾਮ ਹਰਵਿੰਦਰ ਕੌਰ ਹੈ ਜੀ, ਮੈਂ ਰਾਮਾ ਮੰਡੀ ਤੋਂ ਆਸ਼ਾ ਵਰਕਰ ਹਾਂ, ਤਲਵੰਡੀ ਬਲਾਕ ਦੀ ਪ੍ਰਧਾਨ ਹੈ।
ਮੈਡਮ ਜੀ ਸਰ ਜੀ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਵੀ ਸਰਕਾਰ ਦੀ ਨੀਤੀਆਂ ਤੋਂ ਅਸੀਂ ਦੁਖੀ ਹੋਏ ਪਏ ਹਾਂ। ਇੱਕ ਸਮੇਂ ਸਾਨੂੰ ਆਸ਼ਾ ਨੂੰ ਰੀੜ ਦੀ ਹੱਡੀ ਮੰਨਿਆ ਜਾਂਦਾ ਸੀ ਤੇ ਸਰਕਾਰ ਨੂੰ ਹੁਣ ਸੋਚ ਲੈਣਾ ਚਾਹੀਦਾ ਵੀ ਜੇ ਅਸੀਂ ਆਪਦੀ ਰੀੜ ਦੀ ਹੱਡੀ ਤੋੜਦੇ ਹਾਂ ਤਾਂ ਕੀ ਨਤੀਜੇ ਹੋਣਗੇ, ਨਤੀਜੇ ਸਰਕਾਰ ਦੇ ਸਾਹਮਣੇ ਆਉਣਗੇ ਕਿਉਂਕਿ ਅਸੀਂ ਦੁਖੀ ਹੋਏ ਪਏ ਹਾਂ ਬਹੁਤ ਜ਼ਿਆਦਾ ਹਾਂ। ਸਾਡੀਆਂ ਕੁੜੀਆਂ ਨੂੰ ਲਾਰੇ ਲਾਏ ਜਾਂਦੇ ਵੀ ਆਹ ਦੇ ਦਾਂਗੇ ਆਹ ਦੇ ਦਾਂਗੇ, ਆਸ਼ਾ ਦੀ ਇਹਨਮ ਦੀ ਰੱਖੀ ਹੈ ਭਰਤੀ ਉਹਦਾ ਕੋਈ ਦੱਸਦੇ ਨਹੀਂ ਕੁੜੀਆਂ ਨੂੰ, ਕੁਛ ਨਹੀਂ ਹੋ ਰਿਹਾ ਤੇ ਬਿਲਕੁਲ ਬੇਆਸਰੇ ਹੋ ਕੇ ਸਾਡੀਆਂ ਕੁੜੀਆਂ ਕੱਢਤੀਆਂ ਰੋਂਦੀਆਂ ਗਈਆਂ ਕੁੜੀਆਂ ਤੇ ਸਾਥੋਂ ਇਹ ਬਰਦਾਸ਼ਤ ਕਰਨਾ ਸਾਡੇ ਵਿਸ਼ਵਾਸ ਤੋਂ ਬਾਹਰ ਹੈ ਜੀ। ਰਣਨੀਤੀ ਕੀ ਫਿਰ? ਰਣਨੀਤੀ ਇਹ ਹੀ ਹੈ ਜੋ ਸਾਡੇ ਮੈਡਮ ਸਾਹਿਬ ਦੱਸਤਾ, ਸਾਡੇ ਜਿਹੜੀ ਸਾਡੀ ਲੀਡ ਅੱਗੇ ਸਾਨੂੰ ਦੱਸੂਗੇ ਅਸੀਂ ਉਵੇਂ ਕਰਾਂਗੇ, ਜੇ ਸਾਨੂੰ ਵੱਡਾ ਸੰਘਰਸ਼ ਕਰਨਾ ਪੈ ਗਿਆ ਅਸੀਂ ਜ਼ਰੂਰ ਕਰਾਂਗੇ। ਜਦੋਂ ਲੋੜ ਹੁੰਦੀ ਹੈ ਉਦੋਂ ਬੜੇ ਵਾਅਦੇ ਕੀਤੇ, ਹਾਂਜੀ ਉਦੋਂ ਸਾਡੇ ਨਾਲ ਵਾਅਦੇ ਕੀਤੇ ਜਾਂਦੇ ਆ, ਸਾਨੂੰ ਬਰਿਆਇਆ ਜਾਂਦਾ, ਸਾਨੂੰ ਸਾਰੀਆਂ ਕੁੜੀਆਂ ਨੂੰ ਅੱਡੋ ਅੱਡੀ ਲੋਕ ਚ ਛੱਡੇ ਜਾਂਦੇ ਆ, ਦਫ਼ਤਰ ਵਾਲੇ ਸਾਡੇ ਨਾਲ ਮਹਿਕਮਾ ਵੀ ਮਿਲ ਜਾਂਦਾ ਸਾਨੂੰ, ਉਹ ਸਾਰੇ ਲੀਡ ਕਰਦੇ ਹਾਂਜੀ ਤੁਹਾਡਾ ਇਹ ਕਰਕੇ ਤੋਂ ਸਾਤੋਂ ਕੰਮ ਲੈ, ਸਾਨੂੰ ਮੈਡਮ ਦੇ ਕਹਿਣ ਵਾਂਗੂ ਜਿਵੇਂ ਮੱਖਣੀ ਚੋਂ ਵਾਲ ਕੱਢੀ ਦੇ ਵੀ ਕੱਢ ਦਿੰਦੇ ਆ। ਹਰ ਵਾਰੀ ਐਂ ਹੋ ਰਿਹਾ, 2007 ਤੋਂ ਸਾਡੀ ਭਰਤੀ ਹੈ ਉਦੋਂ ਤੋਂ ਹੀ ਆਸ਼ਾ ਦਾ ਸ਼ੋਸ਼ਣ ਹੋ ਰਿਹਾ ਤੇ ਹੋ ਹੀ ਰਿਹਾ। ਅਸੀਂ ਅੱਗੇ ਤੋਂ ਜਿਹੜੀਆਂ ਕੁੜੀਆਂ ਨੂੰ ਸਾਨੂੰ ਅਸੀਂ ਹੋਇਆ, ਸਾਨੂੰ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਉਸ ਗੱਲ ਦਾ, ਕਿਉਂਕਿ ਬਹੁਤ ਗਰੀਬ ਘਰਾਂ ਦੀਆਂ ਕੁੜੀਆਂ ਉਹ ਤੇ ਸਾਰੀਆਂ ਜੇ ਤੁਸੀਂ ਸੋਚ ਲਓ ਵੀ ਜਿਹੜੀਆਂ 2500 ਤੇ ਕੰਮ ਕਰ ਰਹੀਆਂ ਉਹ ਗਰੀਬ ਹੀ ਹੈ ਜੀ।